ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਟਿਆਲਾ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੌਂਸਲਰਾਂ ਨਾਲ ਕੀਤੀ ਮੀਟਿੰਗ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੇਰ ਆਏ ਦਰੁਸਤ ਆਏ ਪਰ ਕੈਪਟਨ ਸਾਹਿਬ ਲਈ ਇਹ ਬਹੁਤ ਵਧੀਆ ਗੱਲ ਹੈ। ਪੰਜਾਬ 'ਚ ਵੱਧ ਰਹੇ ਰੇਤ ਦੇ ਰੇਟਾਂ ਤੇ ਉਹਨਾਂ ਨੇ ਕਿਹਾ ਕਿ ਕੈਪਟਨ ਰਾਜ 'ਚ ਵੱਧ ਰਹੇ ਰੇਤ ਦੇ ਰੇਟਾਂ ਨਾਲ ਆਮ ਜਨਤਾ ਕਾਫੀ ਪਰੇਸ਼ਾਨ ਹੈ। ਯਕੀਨ ਨਹੀਂ ਆ ਰਿਹਾ ਕੈਪਟਨ ਅਮਰਿੰਦਰ ਸਿੰਘ ਕੌਂਸਲਰਾਂ ਨੂੰ ਮਿਲ ਰਿਹਾ। ਕੈਪਟਨ ਅਮਰਿੰਦਰ ਸਿੰਘ ਦਾ ਮਸ਼ਹੂਰਾ ਆਪਣੇ ਵਜ਼ੀਰ ਸਾਥੀਆਂ ਨੂੰ ਸਿਰਫ ਜਿੱਦਣ ਵਜ਼ਾਰਤ ਦੀ ਮੀਟਿੰਗ ਹੁੰਦੀ ਉਹ ਉੱਧਰ ਮਿਲਦੇ ਆ, ਅਦਰਵਾਈਜ਼ ਤਾਂ ਉਹ ਹਸੀਨ ਵਾਦੀਆਂ ਦੇ ਸਵਾਦ ਲੈਣ ਵਾਲੇ ਮੁੱਖ ਮੰਤਰੀ ਆ। ਉਹਨਾਂ ਨੇ ਕੀ ਲੈਣਾ ਪੰਜਾਬ ਦੇ ਕਿਸਾਨਾਂ ਦੇ ਦਰਦ, ਉਹਨਾਂ ਨੇ ਕੀ ਲੈਣਾ ਪੰਜਾਬ ਦੇ ਜਵਾਨਾਂ ਨੂੰ ਨੌਕਰੀਆਂ ਦੇ ਕੇ, ਕੀ ਲੈਣਾ ਬਜ਼ੁਰਗਾਂ ਨੂੰ ਪੈਨਸ਼ਨਾਂ 2500 ਰੁਪਈਆ, ਇਹ ਉਹਨਾਂ ਦੇ ਕੰਮ ਨਹੀਂ। ਅੱਜ ਬੜੀ ਹੈਰਾਨਗੀ ਦੀ ਗੱਲ ਹੈਗੀ ਆ ਵੀ ਤੁਸੀਂ ਦੱਸ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਖਾਸ ਕਰਕੇ ਪਟਿਆਲੇ ਦੇ MCਾਂ ਨੂੰ ਮਿਲੇ ਆ, ਇਹ ਚੰਗੀ ਗੱਲ ਹੈਗੀ। ਉਹਨਾਂ ਨੂੰ ਆਪਣੇ ਵਜ਼ਾਰਤ ਦੇ ਸਾਰੇ ਵਜ਼ੀਰਾਂ ਨੂੰ, ਸਾਰੇ MLA, ਪੰਜਾਬ ਦੇ ਸਾਰੇ MPਾਂ ਨੂੰ ਵੀ ਜ਼ਰੂਰ ਮਿਲਣਾ ਚਾਹੀਦਾ ਤਾਂ ਜੋ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਅੱਛੇ ਵਿਚਾਰ ਜਿਹੜੇ ਆ ਉਹ ਲਾਗੂ ਹੋ ਸਕਣ। ਰੇਤ ਮਿਲ ਰਹੀ ਆ, ਨਾ ਮਿਲਣ ਦਾ ਕੰਮ ਨੀ, ਤੁਸੀਂ ਗਲਤ ਕਹਿ ਰਹੇ ਹੋ। ਰੇਤ ਮਿਲ ਰਹੀ ਆ ਪਰ ਮਿਲ ਰਿਹਾ 45,000 ਰੁਪਈਏ ਦਾ ਟਰੱਕ ਕੈਪਟਨ ਅਮਰਿੰਦਰ ਸਿੰਘ ਦੀ ਹੈਲੀਕਾਪਟਰ ਰੇਡ ਤੋਂ ਬਾਅਦ 45,000 ਦਾ ਹੋ ਗਿਆ, ਕਿਤੇ 42 ਦਾ, ਕਿਤੇ 40 ਦਾ। ਕੈਪਟਨ ਅਮਰਿੰਦਰ ਸਿੰਘ ਦੀ ਹੈਲੀਕਾਪਟਰ ਰੇਡ ਤੋਂ ਪਹਿਲਾਂ ਕਿਤੇ 8,000 ਦਾ ਸੀ, ਕਿਤੇ 9 ਤੇ ਕਿਤੇ 10,000 ਦਾ। ਕੈਪਟਨ ਅਮਰਿੰਦਰ ਸਿੰਘ ਜੀ ਅਸਲ ਦੇ ਵਿੱਚ ਆਪਣੀ ਜੁੰਡਲੀ ਨੂੰ ਰੇਤ ਚੋਰੀ ਵਾਸਤੇ ਉਤਸ਼ਾਹਿਤ ਕਰ ਰਹੇ ਆ। ਸਿੱਧੂ ਸਾਹਿਬ ਕਹਿ ਰਹੇ ਜਿਹੜੀ ਇੱਕ ਹਾਈ ਪਾਵਰਡ ਕਮੇਟੀ ਬਣੀ ਹੈ ਜਿਨ੍ਹਾਂ ਨੇ ਮਾਈਨਿੰਗ ਦੇ ਉੱਤੇ ਆਪਣੀਆਂ ਸਿਫਾਰਿਸ਼ਾਂ ਦੇਣੀਆਂ ਨੇ, ਉਹ ਕਹਿੰਦੇ ਜੀ ਬਸ ਹਫ਼ਤਾ ਰੁਕ ਜਾਓ, 10 ਦਿਨ 20 ਦਿਨ ਰੁਕ ਜਾਓ, ਪਤਾ ਨਹੀਂ ਕਦੋਂ ਹਫ਼ਤਾ ਕਦੋਂ 10 ਦਿਨ ਕਦੋਂ 20 ਦਿਨ ਆਉਣੇ ਆ। ਪੰਜਾਬ ਦੇ ਅੰਦਰ ਅੱਜ ਰੇਤ ਜਿਹੜੀ ਉਹ VVIP ਆਈਟਮ ਬਣੀ ਹੋਈ ਹੈ, VVIP ਆਈਟਮ। ਕਿਸਾਨ ਖੁਦਕੁਸ਼ੀ ਮਾਮਲੇ ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਖੁਦਕੁਸ਼ੀਆਂ ਰੋਕਣ ਲਈ ਸਰਕਾਰ ਨੂੰ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮਾਫ਼ ਕਰਨੇ ਚਾਹੀਦੇ ਹਨ ਅਤੇ ਵੋਟਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਪੰਜਾਬ ਦੇ ਅੰਦਰ ਇਕੱਲਾ ਕਿਸਾਨ ਨਹੀਂ, ਜਿਹੜਾ ਕਿਸਾਨ ਮਜ਼ਦੂਰ ਹੈ, ਕਿਸਾਨ ਤੇ ਕਿਸਾਨ ਮਜ਼ਦੂਰ ਆ। ਜੇ ਅਖ਼ਬਾਰ ਚੱਕਦੇ ਆ ਕਦੇ 2 ਕਦੇ 4 ਕਿਸਾਨ, ਤੇ ਕੈਪਟਨ ਅਮਰਿੰਦਰ ਸਿੰਘ ਕਦੇ ਇਹ ਨਹੀਂ ਸੀ ਕਹਿ ਕੇ ਵੋਟਾਂ ਹਥਿਆ ਕੇ ਲੈ ਕੇ ਗਏ ਸੀ। ਉਹਨਾਂ ਨੇ ਆਪਣਾ 100 ਪੱਤਰ, ਮੈਂ 100 ਖਾਂਦਾ ਹਾਂ ਥੱਲੇ ਸਾਈਨ ਹੋਏ ਹੋਏ ਕੈਪਟਨ ਅਮਰਿੰਦਰ ਸਿੰਘ ਦੇ, ਕਿਸਾਨਾਂ ਦੇ ਘਰਾਂ 'ਚ, ਮਜ਼ਦੂਰਾਂ ਦੇ ਘਰਾਂ 'ਚ, ਮੰਡੀਆਂ ਦੇ ਵਿੱਚ ਵੰਡਿਆ ਸੀ ਵੀ ਮੈਂ ਤੁਹਾਡੇ ਸਰਕਾਰੀ ਕੋਆਪਰੇਟਿਵ ਆੜ੍ਹਤੀਆਂ ਦੇ ਕਰਜ਼ਿਆਂ 'ਤੇ ਲਕੀਰ ਮਾਰੂੰਗਾ। ਲਕੀਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ 0.33% 1 ਸਾਲ ਦੇ ਵਿੱਚ 0.33% ਵੀ ਨਹੀਂ ਟੋਟਲ ਕਰਜ਼ਿਆਂ ਦਾ। ਜੇ ਮੰਨੋ ਕਿਸਾਨ ਦੇ ਉੱਤੇ, ਪੰਜਾਬ ਦੇ ਕਿਸਾਨ ਦੇ ਉੱਤੇ ਕਰਜ਼ੇ ਦੀ ਪੰਡ ਕਿੰਨੀ ਹੈ, ਤੇ ਤਕਰੀਬਨ 1,00,000 ਕਰੋੜ ਰੁਪਈਏ ਦੀ, ਉਹਦੇ 'ਚੋਂ ਦਿੱਤੇ ਕਿੰਨੇ 0.33, ਮਤਲਬ ਕਿ 0.5% ਵੀ ਨਹੀਂ। ਉਧਰ ਮਜੀਠੀਆ ਮਾਮਲੇ 'ਚ SIT ਉੱਪਰ ਬੋਲਦਿਆਂ ਉਹਨਾਂ ਕਿਹਾ ਕਿ ਇਸ 'ਚ ਕਈ ਅਫਸਰ ਵੀ ਸ਼ਾਮਲ ਹਨ ਅਤੇ ਕੜੀ ਦੇ ਨਾਲ ਨਾਲ ਕੜੀ ਜੁੜਦੀ ਨਜ਼ਰ ਆ ਰਹੀ ਹੈ। SIT ਜਿਹੜੀ STF ਦੀ ਰਿਪੋਰਟ ਹੈਗੀ ਜਿਹਦੇ 'ਚ ਵਿਕਰਮ ਮਜੀਠੀਆ ਦੇ ਤਾਲੁਕਾਤ, ਸੰਬੰਧ, ਪਿੰਦੀ, ਸੱਤਾ, ਬਿੱਟੂ ਔਲਖ, ਭੋਲਾ ਬੜਾ ਜ਼ਿਕਰ ਹੋਇਆ, ਉਹਦੇ ਨਾਲ ਸਭ ਤੋਂ ਵੱਡੀ ਇੱਕ ਹੋਰ ਗੱਲ ਕੜੀ ਨਾਲ ਕੜੀ ਜੁੜੀ ਹੈ, ਚਟੋਪਾਧਿਆ ਦੀ ਰਿਪੋਰਟ ਆ ਗਈ। ਰਾਜਨੀਤਿਕ ਮਜੀਠੀਏ ਵਰਗੇ ਨਹੀਂ, ਉਹ 14 ਦੇ ਬਿਰਾਜਮਾਨ ਪੁਲਿਸ ਅਫਸਰ ਵੀ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਲ ਹੋਏ ਹੋਏ ਆ। ਸੋ ਅੱਜ ਮਾਨਯੋਗ ਹਾਈਕੋਰਟ ਨੂੰ ਇੰਟਰਵਿਊ ਕਰਦੇ ਹੋਏ ਆਪਣੇ ਜੱਜਸ ਦੀ, ਮੌਜੂਦਾ ਜੱਜਸ ਦੀ ਨਿਗਰਾਨੀ ਦੇ ਥੱਲੇ ਇੱਕ ਟੀਮ ਨਵੀਂ SIT ਦਾ ਗਠਨ ਕਰਕੇ ਟਾਈਮ ਬਾਉਂਡ ਜਿੰਨੇ ਪੁਲਿਸ ਅਫਸਰ ਚਿੱਟੇ ਦੇ ਦੋਸ਼ਾਂ ਦੇ ਵਿੱਚ ਸ਼ਾਮਲ ਹੋਏ, ਜਿੰਨੇ ਰਾਜਨੀਤਿਕ ਲੀਡਰ, ਚਾਹੇ ਉਹ ਮਜੀਠੀਆ ਤੇ ਚਾਹੇ ਕੋਈ ਦੂਸਰੇ ਤੀਸਰੇ, ਸਾਰਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਸਜ਼ਾਵਾਂ ਕਰਨੀਆਂ ਚਾਹੀਦੀਆਂ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ।